ਸਾਹਮਣੇ ਗਰਮੇਲ ਮਾਸਟਰ ਜੀ ਦਾ ਘਰ ਹੈ ਜੀ। ਅੱਛਾ, ਉੱਥੇ ਮਿਲ ਜੂਗਾ ਜੀ ਕਮਰਾ। ਧੰਨਵਾਦ। ਠੀਕ ਹੈ ਜੀ। ਗਰਮੇਲ ਮਾਸਟਰ ਦਾ ਜੀ ਆਹ ਸਾਹਮਣੇ ਵਾਲਾ ਹੈ। ਹਾਂ ਗੇਟ ਵਾਲਾ। ਹਾਂ ਜੀ ਆਹੀ ਹੈ। ਮਾਸਟਰ ਜੀ, ਮਾਸਟਰ ਜੀ। ਹਾਂਜੀ, ਕੌਣ? ਆਜੋ ਅੰਦਰ ਹੀ ਆਜੋ। ਹਾਂਜੀ, ਕੌਣ? ਕੀ ਹਾਲ ਆ ਮਾਸਟਰ ਜੀ? ਠੀਕ ਹੈ ਜੀ, ਵਧੀਆ। ਅਸੀਂ ਪਠਾਨਕੋਟ ਤੋਂ ਆਏ ਹਾਂ ਜੀ। ਕਮਰੇ ਦੱਸ ਭਾਈ, ਆਪਣਾ ਕਮਰਾ ਲੈਣਾ ਕਿਰਾਏ 'ਤੇ। ਕਮਰਾ ਤਾਂ ਹੈਗਾ ਜੀ, ਦੂਰੋਂ ਬਹੁਤ ਆਏ ਤਾਂ ਤੁਹਾਨੂੰ ਜਾਣਦੇ ਨਹੀਂ ਹੈਗੇ ਜੀ ਕੌਣ। ਉਹਦਾ ਪ੍ਰੂਫ ਦੇ ਦਾਂ ਤੁਹਾਨੂੰ, ਅਸੀਂ ਨਾ ਬੋਹਾ ਰੋਡ 'ਤੇ ਪੰਪ ਲਾਉਣਾ ਉਹਦੇ। ਠੀਕ ਹੈ, ਹਾਂ ਠੀਕ ਹੈ। ਸੁਣਦੇ ਹੋ ਜੀ? ਹਾਂਜੀ। ਆਈਓ ਮਾੜਾ ਇੱਥੇ। ਇਹ ਮਿਸਤਰੀ ਹੈ ਮੇਰੇ ਨਾਲ, ਮੈਂ ਠੇਕੇਦਾਰੀ ਦਾ ਕੰਮ ਕਰਦਾ। ਇਹ ਜੀ ਕਮਰਾ ਮੰਗਦੇ ਨੇਗੇ, ਕਹਿੰਦੇ ਪਠਾਨਕੋਟ ਤੋਂ ਆਏ ਹਾਂ, ਮਿਸਤਰੀ ਨੇਗੇ, ਅਤੇ ਕਹਿੰਦੇ ਕਮਰਾ ਦੇ ਦਿਓ ਕਿਰਾਏ 'ਤੇ। ਦੱਸੋ ਜੀ ਕਿਵੇਂ ਕਰਦੇ? ਪੂਰਾ ਆਉਂਦੀ ਪਹਿਲਾਂ ਮੇਰੀ ਗੱਲ ਸੁਣ। ਹਾਂਜੀ ਹਾਂਜੀ, ਦੱਸੋ। ਮੇਰੀ ਸੁਣੋ ਗੱਲ ਜੀ। ਅਤੇ ਅੱਜ ਕੱਲ੍ਹ ਟਾਈਮ ਬਹੁਤ ਮਾੜਾ ਹੈ, ਤੁਸੀਂ ਉਹ ਭੋਲੇ। ਹਾਂ, ਹਰ ਇੱਕ 'ਤੇ ਕਰ ਲੈਂਦੇ ਤੁਸੀਂ ਵਿਸ਼ਵਾਸ ਆ। ਉਹ ਯਾਰ ਮੇਰੀ ਗੱਲ ਸੁਣ ਤੂੰ, ਕਮਰਾ ਤਾਂ ਆਪਾਂ ਦੇਣਾ ਹੀ ਹੈ। ਕਮਰਾ ਪਤਾ ਹੈ ਭਾਗਵਾਨ ਨੇ ਮੈਂ ਕਿਉਂ ਦਿੰਦਾ? ਕਿਉਂਕਿ ਜਿਹੜੇ ਸਰਦਾਰ ਜੀ ਨਾਲ ਨੇ ਨਾ, ਠੀਕ ਹੈ, ਉਹ ਮੈਨੂੰ ਵਧੀਆ ਲੱਗਦੇ ਨੇ। ਕਿਉਂਕਿ ਅੱਜ ਕੱਲ੍ਹ ਇੱਕ ਸਰਦਾਰ ਤਾਂ ਹੈਗਾ ਜਿਹਦੇ ਆਪਾਂ ਵਿਸ਼ਵਾਸ ਕਰ ਸਕਦੇ ਹਾਂ। ਇਹ ਤਾਂ ਤੁਹਾਡੀ ਗੱਲ ਠੀਕ ਹੈ ਜੀ। ਹਾਂ, ਸਰਦਾਰ ਤਾਂ ਚਲੋ ਠੀਕ ਨੇ, ਬਾਕੀ ਜਿਹੜਾ ਨਾਲ ਆ ਨਾ ਭਈਆ, ਮੈਨੂੰ ਇਹ ਠੀਕ ਨਹੀਂ ਲੱਗਦਾ ਹੈਗਾ। ਦੇਖ, ਲੱਗਦਾ ਮੈਨੂੰ ਠੀਕ ਨਹੀਂ ਹੈਗਾ। ਦੇਖ ਮੇਰੀ ਗੱਲ ਸੁਣ, ਚਲੋ ਵਿਚਾਰੇ ਐਡੀ ਦੂਰੋਂ ਵਿਸ਼ਵਾਸ ਕਰਕੇ ਆਏ ਨੇ, ਹੈ ਨਾ, ਕਮਰਾ ਆਪਾਂ ਦੇ ਦਾਂਗੇ। ਆਪਾਂ ਨਾ ਕੁਛ ਸ਼ਰਤਾਂ ਖੋਲ੍ਹ ਲੈਂਦੇ ਹਾਂ, ਜੇ ਤਾਂ ਇਹਨੂੰ ਹੋਈਆਂ ਮਨਜ਼ੂਰ, ਆਪਾਂ ਸ਼ਰਤਾਂ ਰੱਖ ਲਾਂਗੇ ਥੋੜ੍ਹੀਆਂ ਜਿਹੀਆਂ ਸਖ਼ਤ, ਹੈ ਨਾ। ਹਾਂ, ਜੇ ਤਾਂ ਇਹਨੂੰ ਲੱਗੀਆਂ ਠੀਕ, ਫਿਰ ਤਾਂ ਰਹਿ ਜਾਣਗੇ, ਨਹੀਂ ਕਿਤੇ ਆਪਦਾ ਹੋਰ ਦੇਖ ਲੈਣਗੇ। ਠੀਕ ਹੈ, ਤੂੰ ਜਾ ਅੰਦਰ, ਧਿਆਨ ਨਾਲ ਚੰਗਾ, ਸਾਰੇ ਇੰਪਲੋਈ ਦੇ, ਤੂੰ ਟੈਨਸ਼ਨ ਨਾ ਲੈ। ਓਕੇ। ਹਾਂਜੀ, ਗੱਲ ਇਸ ਤਰ੍ਹਾਂ ਹੈ ਮਿਸਤਰੀ ਜੀ, ਦੇਖੋ ਜੀ ਕਮਰਾ ਤਾਂ ਮਿਲ ਜੂਗਾ, ਉਹੀ ਗੱਲ ਜੀ ਪਹਿਲਾਂ ਵਾਲੀ। ਦੇਖੋ, ਅਸੀਂ ਤਾਂ ਤੁਹਾਨੂੰ ਅਸੀਂ ਜਾਣਦੇ ਨਹੀਂ ਹੈਗੇ, ਠੀਕ ਹੈ ਜੀ। ਦੇਖੋ, ਅਸੀਂ ਆ ਟੀਚਰ ਦੋਨੇ ਜਾਣੇ, ਠੀਕ ਹੈ ਜੀ। ਦੇਖੋ, ਅੱਜ ਕੱਲ੍ਹ ਵਿਸ਼ਵਾਸ ਵੀ ਨਹੀਂ ਕਿਸੇ 'ਤੇ ਕਰਿਆ ਜਾਂਦਾ। ਠੀਕ ਠੀਕ ਹੈ। ਅਸੀਂ ਜੀ 6 ਮਹੀਨਿਆਂ ਦਾ ਕਿਰਾਇਆ ਜਿਹੜਾ ਉਹ ਤੁਹਾਡੇ ਤੋਂ ਪਹਿਲਾਂ ਲਵਾਂਗੇ, ਕੋਈ ਗੱਲ ਨਹੀਂ। ਠੀਕ ਹੈ ਜੀ। ਦੂਜਾ ਨੰਬਰ, ਤੁਹਾਡੇ ਜਿਹੜੇ ਪਰੂਫ ਨੇ, ਆਈਡੈਂਟੀ ਪਰੂਫ ਹੈ ਤੁਹਾਡਾ, ਅਸੀਂ ਉਹ ਵੀ ਲਵਾਂਗੇ। ਦੇਖੋ ਜੀ, ਦੂਸਰੀ ਗੱਲ ਇਹ ਹੈਗੀ ਵੀ ਜੇਕਰ ਕੱਲ੍ਹ ਨੂੰ ਤੁਹਾਡੇ ਦੋਨਾਂ ਦੇ ਵਿੱਚੋਂ ਕੋਈ 3-5 ਕਰਦਾ ਹੈਗਾ, ਕੁਛ ਵੀ ਕਰਦਾ ਜੀ, ਅਸੀਂ ਕਿਰਾਇਆ ਵਾਪਸ ਨਹੀਂ ਮੋੜਾਂਗੇ, ਅਤੇ ਅਸੀਂ ਪੁਲਿਸ ਦੇ ਵਿੱਚ ਇਤਲਾਹ ਦੇ ਕੇ ਤੁਹਾਨੂੰ ਇੱਥੋਂ ਦੀ ਡੱਕਰਾਂਗੇ ਨਾਲ ਦੇ ਨਾਲ। ਠੀਕ ਹੈ ਜੀ, ਤੁਹਾਡੇ ਨਾਲ ਪੁਲਿਸ ਕੀ ਕਰੇ, ਉਹ ਰਿਸਪੋਂਸੀਬਲ ਤੁਸੀਂ ਅਸੀਂ ਨਹੀਂ ਹੈਗੇ। ਮਾਸਟਰ ਜੀ, ਇਹ ਸ਼ਿਕਾਇਤ ਨਹੀਂ ਆਊਗੀ ਤੁਹਾਨੂੰ। ਦੇਖੋ ਜੀ, ਅਸੀਂ ਤਾਂ ਕਹਿਣਾ ਸੀਗਾ, ਅਸੀਂ ਦੇਖੋ ਅਸੀਂ ਨਹੀਂ ਤੁਹਾਨੂੰ ਜਾਣਦੇ ਜੀ, ਨਾ ਤੁਸੀਂ ਸਾਨੂੰ ਜਾਣੋ, ਨਾ ਅਸੀਂ ਤੁਹਾਨੂੰ ਜਾਣੀਏ, ਸਮਝ ਗਏ ਨਾ? ਠੀਕ। ਅੱਜ ਕੱਲ੍ਹ ਟਾਈਮ ਹੈ ਨਹੀਂ, ਤੁਹਾਨੂੰ ਪਤਾ ਹੈ ਜੀ। ਠੀਕ ਹੈ, ਠੀਕ ਹੈ। ਦੋ ਖਰੀਆਂ ਗੱਲਾਂ ਪਹਿਲਾਂ ਕਹਿ ਦਿਓ ਅਗਲੇ ਨੂੰ, ਉਹ ਨਹੀਂ ਦੁਖਦੀਆਂ। ਉਹ ਗੱਲ ਤੁਹਾਡੀ ਸਹੀ ਹੈ, ਵੈਸੇ ਤੁਹਾਨੂੰ ਸ਼ਿਕਾਇਤ ਨਹੀਂ ਆਊਗੀ ਕੋਈ। ਚਲੋ, ਬਾਹਰ ਹੀ ਕੰਮ ਕਰਦੇ ਹਾਂ, ਠੇਕੇਦਾਰੀ ਦਾ ਬਾਹਰ ਹੀ ਕੰਮ ਕਰਦੇ ਹਾਂ। ਤੁਸੀਂ ਕਿੰਨੇ ਦਿਨ ਰਹਿਣਾ ਜੀ ਇੱਥੇ? ਇੱਥੇ ਲੱਗ ਜਾਂਗੇ ਆਪਾਂ, ਨੂੰ ਲਾ ਲੈਂਗੇ 2-3 ਮਹੀਨੇ ਦਾ ਪ੍ਰੋਜੈਕਟ ਹੈਗਾ ਸਾਡੇ। 2-3 ਮਹੀਨੇ ਦਾ? ਹਾਂ, 2-3 ਮਹੀਨੇ। ਚਲੋ ਕੋਈ ਗੱਲ ਨਹੀਂ ਜੀ, ਅਤੇ ਚਲੋ ਠੀਕ ਹੈ ਜੀ ਫਿਰ। ਠੀਕ ਠੀਕ ਹੈ ਜੀ। ਹਾਂ, ਕਮਰਾ ਦਿਖਾ ਦਿੰਦੇ। ਹਾਂ, ਕਮਰਾ ਦਿਖਾ ਦਿੰਦੇ। ਆਓ ਜੀ, ਆਓ ਜੀ ਮਿਸਤਰੀ ਜੀ। ਦੇਖੋ ਜੀ, ਦੇਖੋ, ਠੀਕ ਹੈ ਜੀ। ਠੀਕ ਠੀਕ ਹੈ, ਬਸ ਠੀਕ ਹੈ, ਬਸ ਠੀਕ ਹੈ ਜੀ। ਅੱਛਾ, ਬਣਾਓ ਜੀ ਥੋੜ੍ਹੀ ਜੀ, ਬਣਾਉਂਦੇ ਹਾਂ ਜੀ। ਆਓ ਜੀ ਸਰਦਾਰ ਜੀ, ਬੈਠੋ ਜੀ। ਵੱਡੀ ਦੂਰੋਂ ਆਈ ਤੁਸੀਂ ਕੰਮ 'ਤੇ? ਇਹਦੇ ਟੈਂਡਰ ਪਾਏ ਹੁੰਦੇ ਨੇ ਸਾਡੇ, ਜਿੱਥੇ ਟੈਂਡਰ ਨਿਕਲ ਜਾਂਦਾ ਉੱਥੇ ਜਾਣਾ ਪੈਂਦਾ ਹੈ ਸਾਨੂੰ। ਇਹ ਤਾਂ ਗੱਲ ਸਹੀ ਹੈ। ਹਾਂ, ਇੱਕ ਕੰਮ ਚੱਲਦਾ ਸਾਡਾ ਮਾਨਸਾ, ਮਾਨਸਾ ਚੱਲਦਾ। ਹਾਂ, ਮਾਨਸਾ ਹੀ ਚੱਲਦਾ। ਚਲੋ ਵਧੀਆ ਜੀ, ਕੰਮ ਤਾਂ ਨਾ ਬੰਦੇ ਦਾ ਕਰਮ ਹੈਗਾ, ਹੈ ਨਾ, ਟਾਈਮ ਪਾਸ ਤੁਹਾਨੂੰ ਕਰਨੀ ਹੈ। ਚਾਹ ਵੀ ਹੋ ਗਈ। ਲਓ ਸਰਦਾਰ,
ਇਹਦਾ ਪੜਾਈ ਤਾਂ ਬਥੇਰੀ ਕਰੀ ਹੋਈ ਆ ਸਾਡੀ ਲੋਕੀ ਨਾਗਰਿਕ ਕੋਈ ਮਿਲੀ ਨਹੀਂ ਕਿਤੇ ਚੱਲ ਇਹ ਕੰਮ ਦੇ ਲੱਗ ਗਏ ਜਾਂ ਸੈਂਟਰ ਪਾ ਦਿੰਦੇ ਹਾਂ ਠੇਕੇ ਦਾ ਵੀ ਕੰਮ ਅਸਲ ਪਤਾ ਕੀ ਹੈ ਜੀ ਸਰਕਾਰਾਂ ਆ ਗਈਆਂ ਮਾੜੀਆਂ ਹੈ ਨਾ ਇਹਦਾ ਪਤੀ ਜੀ ਆਪਾਂ ਨੂੰ ਕਿਉਂਕਿ ਜਿਹੜੇ ਅੱਜ ਕੱਲ੍ਹ ਦੇ ਮੁੰਡੇ ਨੇ ਉਹ ਵਿਚਾਰੇ ਫਿਰਦੇ ਨੇ ਜੀ ਕੋਈ ਟੈਂਕੀਆਂ ਚੜ੍ਹ ਰਿਹਾ ਹੈਗਾ ਕੋਈ ਕਿਤੇ ਵਿਚਾਰਾ ਕੋਈ ਕਿਤੇ ਹੈ ਨਾ ਅਤੇ ਕੱਚੇ ਅਧਿਆਪਕ ਨੇ ਗੇ ਉਹ ਵਿਚਾਰਾ ਉਹ ਮਰ ਗਿਆ ਉਹਨਾਂ ਦਾ ਇੱਕ ਆਹ ਚੰਗੀ ਸਰਕਾਰ ਹੈਗੀ ਕੋਈ ਸਾਥ ਲੈਂਦੀ ਕਿਸੇ ਦੀ ਹੈ ਨਾ ਵਾਅਦੇ ਕਰਦੇ ਨੇ ਵੱਡੇ ਵੱਡੇ ਲੈਣ ਨੂੰ ਦੇਣ ਇਹਨਾਂ ਕੋਲ ਇੱਕ ਤਾਂ ਜੀ ਲੋਕਾਂ ਦੀ ਸਮਝ ਥੋੜ੍ਹੀ ਜਿਹੀ ਪਤਾ ਨਹੀਂ ਕਿਵੇਂ ਦੀ ਹੈਗੀ ਉਹਨਾਂ ਨੇ ਵੋਟਾਂ ਪਾਈਆਂ ਨੇ ਦੁਬਾਰੇ ਦੁਬਾਰੇ ਨਾਲੇ ਪਤਾ ਨਹੀਂ ਸਾਡੇ ਛਿੱਤਰ ਲਾ ਕੇ ਗਏ ਨੇ ਇਹ ਪਤਾ ਨਹੀਂ ਕੀ ਸਮਝਿਆ ਇਹਨਾਂ ਦੀ ਇਹ ਬੋਤਲਾਂ ਪਿੱਛੇ ਵਿਕ ਜਾਂਦੇ ਨੇ ਹੋਰ ਆ ਇਹੀ ਤਾਂ ਗੱਲ ਹੈ ਜੀ ਇਹਨਾਂ ਅਸਲ ਚਾਰਨਾਂ ਦਾ ਕੰਮ ਦੇਖ ਰਹੇ ਬੋਤਲਾਂ ਮਿਲਦੀਆਂ ਪੀਣ ਨੂੰ ਭੁੱਖੀ ਮਿਲ ਗਈ ਖਾਣ ਨੂੰ ਉਹ ਜੀ ਵੱਧੋ ਵੱਧ ਕਿੰਨੇ ਦੀ ਪੀ ਲੈਣਗੇ 1000 ਦੀ ਸ਼ਰਾਬ 1500 ਦੀ ਹੈ ਨਾ ਵੱਧੋ ਵੱਧ ਇੰਨੇ ਦੀ ਪੀਣਗੇ ਇਹ ਵੀ ਦੇਖਦੇ ਵੀ ਸਾਡੇ ਬੱਚਿਆਂ ਦਾ ਜਿਹੜਾ ਆਉਣ ਵਾਲਾ ਟਾਈਮ ਹੈ ਕਿਵੇਂ ਦਾ ਹੈਗਾ ਵਿਚਾਰੇ ਐਮ ਏ ਬੀ ਐਡ ਕਰਕੇ ਉਹ ਦਿਹਾੜੀਆਂ ਕਰਦੇ ਫਿਰਦੇ ਨੇ ਹੈ ਨਾ ਕੋਈ ਭੱਠੇ ਦੇ ਕੰਮ ਕਰਦਾ ਹੈਗਾ ਕੋਈ ਦਿਹਾੜੀ ਕਰਦਾ ਕੋਈ ਕੁਛ ਕਰਦਾ ਹੈਗਾ ਚਲੋ ਜੀ ਤਾਂ ਕਰਨਾ ਹੈਗਾ ਚਲੋ ਠੀਕ ਹੈ ਜੀ ਤੁਸੀਂ ਦੇਖੋ ਆਪਦਾ ਕਮਰਾ ਕੁਮਰਾ ਠੀਕ ਹੈ ਹਾਂ ਅਤੇ ਮੈਂ ਜਾਂਦਾ ਹਾਂ ਜੀ ਹਾਂ ਚਲੋ ਠੀਕ ਹੈ अरे खा लेना नाने घर नहीं आए हैं मेम साहब रंबु लगता है बनेगी बात अब तो मैडम है आगे जी हाँ जी बैठो ना पानी लेने थोड़ी बात ओहो आई डू हाँ मिठाई का डब्बा उन्होंने दिखा ही करने भैया कोई ज्यादा लैके आया सीगा ਛੇਤੀ आज खवाएंगे मेम साहब को पकौड़ा साहब आपके वास्ते गर्मा गर्म पकौड़ा लेकर आया था अगल तेरे पकौड़े मारो शक्कर खाने पे और देखा जमी शर्म ला रखी है जी क्या मैं पानी मारना सारा दिन गुस्से में बैठी रहा कर तू ता हो ठीक भी है ठीक की है जी की होया आ मैं सुन भाई ये बारे दसया तो हैगा सीगा की हो गया ओजा भाई मेनू ओदी हरकत ठीक नहीं लगदी हैगी ਪਕੌੜੇ ਖਾ ਲੋ ਪਿੱਛੇ ਚਲੇ ਗਏ ਮੇਰੇ
ਉਹਨਾਂ ਨੇ ਅੱਜ ਜਮੀ ਸ਼ਰਮ ਲਾਤੀ ਜਮੀ ਸ਼ਰਮ ਲਾਤੀ ਚੱਲ ਤੂੰ ਤਾਂ ਬਰਨਾ ਕੋਈ ਗੱਲ ਨਹੀਂ ਉਹਨੂੰ ਸਾਲੇ ਨੂੰ ਅੱਜ ਆਉਣ ਦੇ ਘਰੇ ਮੈਂ ਕਰਦਾ ਉਹਦੇ ਨਾਲ ਗੱਲ ਅੱਜ ਤੁਸੀਂ ਮੈਨੂੰ ਕਹਿ ਦਿੰਦੇ ਹੋ ਵੀ ਤੁਸੀਂ ਜ਼ਿਆਦਾ ਉਹ ਕਰਦੇ ਹੋ ਉਹ ਮੈਂ ਤਾਂ ਉਹਦੇ ਵਿਸ਼ਵਾਸ ਕੀਤਾ ਸੀਗਾ ਸਰਦਾਰ ਦੇ ਆਪ ਤਾਂ ਨਾ ਇੱਕ ਦਿਨ ਆ ਗਿਆ ਉਹ ਉਸ ਤੋਂ ਬਾਅਦ ਮੁੜ ਕੇ ਆਇਆ ਨਹੀਂ ਇਹ ਸਾਲਾ ਭਈਆ ਜਾਂਦਾ ਹੈਗਾ ਡੇਲੀ ਆਪ ਕਦੇ ਆਇਆ ਨਹੀਂ ਹੈਗਾ ਉਹ ਚੱਲ ਕੋਈ ਗੱਲ ਨਹੀਂ ਮੈਂ ਕਰਦਾ ਉਹਦੇ ਨਾਲ ਗੱਲ ਅੱਜ ਤਾਂ ਕਰਕੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਮੈਨੂੰ ਹਰਕਤ ਇਹਦੀ ਠੀਕ ਨਹੀਂ ਲੱਗਦੀ ਹੈਗੀ ਚੱਲ ਘਾਬਰ ਨਾ ਕੋਈ ਗੱਲ ਨਹੀਂ ਆਪਾਂ ਕਰਦੇ ਹਾਂ ਆਪਾਂ ਗੱਲ ਠੀਕ ਹੈ ਦੇਖ ਰੌਲਾ ਪਾ ਕੇ ਗੱਲ ਕਰਾਂਗੇ ਆਪਣਾ ਜਲੂਸ ਨਿਕਲੂਗਾ ਠੀਕ ਹੈ ਪਿਆਰ ਨਾਲ ਆਪਾਂ ਗੱਲ ਕਰਦੇ ਹਾਂ ਕੋਈ ਗੱਲ ਨਹੀਂ ਆਪਾਂ ਪੁੱਛ ਲੈਣੇ ਕੀ ਗੱਲ ਹੈਗੀ ਠੀਕ ਹੈ ਇਹ ਤਾਂ ਹੈ ਜੀ ਤੁਸੀਂ ਪੁੱਛਿਓ ਉਹਨਾਂ ਨੂੰ ਸਰਦਾਰ ਜੀ ਠੀਕ ਹੈ ਠੀਕ ਹੈ ਮੇਰੇ ਨੌਕਰ ਦਾ ਠੀਕ ਨਹੀਂ ਲੱਗਦਾ ਹੈਗਾ ਭਈਆ ਜੀ ਮੈਂ ਕਰਦਾ ਫੋਨ ਸਰਦਾਰ ਨੂੰ ਫੋਨ ਮੈਂ ਪਾਣੀ ਲੈ ਕੇ ਆਈ ਲਿਆ ਲਿਆ ਹੈਲੋ ਹਾਂਜੀ ਸਰਦਾਰ ਸਾਹਿਬ ਕੀ ਹਾਲ ਨੇ ਤੁਸੀਂ ਤਾਂ ਮੁੜ ਕੇ ਗੇੜਾ ਹੀ ਨਹੀਂ ਮਾਰਿਆ ਜੀ ਇੱਥੇ ਤੁਸੀਂ ਅੱਜ ਆਓ ਜੀ ਆਹ ਤੁਹਾਡਾ ਭਾਈ ਆਇਆ ਨਾ ਜਿਹੜਾ ਹੈਗਾ ਤੁਸੀਂ ਰੱਖਿਆ ਹੋਇਆ ਹੈਗਾ ਅਤੇ ਸਾਨੂੰ ਕੁਛ ਵਧੀਆ ਲੱਗਦਾ ਤੁਸੀਂ ਆਓ ਜੀ ਆਪਾਂ ਬਹਿ ਕੇ ਕਰਦੇ ਹਾਂ ਗੱਲ ਜੇ ਤੁਸੀਂ ਅੱਜ ਨਾ ਆਏ ਨਾ ਤਾਂ ਅਸੀਂ ਥਾਣੇ ਜਾਵਾਂਗੇ ਕਿੰਨੇ ਵਜੇ ਤੱਕ ਜੀ ਹਾਂ ਠੀਕ ਹੈ ਜੀ ਚਾਰ ਕੁ ਵਜੇ ਤੋਂ ਲੇਟ ਨਾ ਹੋਈਓ ਜੀ ਅਤੇ ਆ ਜਿਓ ਫਿਰ ਨਾ ਕਹੀਓ ਵੀ ਵਾਧਾ ਵੱਧ ਗਿਆ ਚਲੋ ਠੀਕ ਹੈ ਜੀ ਓਕੇ ਚੱਲ ਭਗਵਾਨੀ ਮੈਂ ਕਰਤਾ ਫੋਨ ਠੀਕ ਹੈ ਉਹ ਕਹਿੰਦੇ ਵੀ ਮੈਂ ਚਾਰ ਕੁ ਵਜੇ ਤੱਕ ਆ ਜੂੰਗਾ ਅਤੇ ਆਪਾਂ ਬਹਿ ਕੇ ਗੱਲ ਕਰਦੇ ਹਾਂ ਠੀਕ ਹੈ ਚਲੋ ਕੋਈ ਗੱਲ ਨਹੀਂ ਬੜਾ ਰੌਲਾ ਨਾ ਆਪਾਂ ਸਮਝ ਗਈ ਬੇਚੀ ਦਾ ਆਪਣੀ ਇਹਦੇ ਵਿੱਚ ਆ ਤਾਂ ਹੈ ਜੀ ਇੰਨਾ ਸ਼ੁਕਰ ਕੋਈ ਹੋਰ ਵੀ ਨਹੀਂ ਹੈਗਾ ਸੀ ਉਹਨੇ ਕੁਛ ਹਰਕਤਾਂ ਨਹੀਂ ਕੀਤੀ ਨਹੀਂ ਹਰਕਤਾਂ ਨਹੀਂ ਕੀਤੀਆਂ ਮੈਨੂੰ ਕੁਛ ਕਹਿ ਥੋੜ੍ਹੀ ਸਕਦੇ ਨਾ ਠੀਕ ਹੈ ਚਲ ਕੋਈ ਗੱਲ ਨਹੀਂ ਠੀਕ ਹੈ ਆ ਚੱਲੀ ਜਾਂਦਾ ਭੱਜਾ ਐਵੇਂ ਨਹੀਂ ਕਰਿਆ ਕਰਦੇ ਕੁਛ ਨਹੀਂ ਹੁੰਦਾ ਕਿੱਥੇ ਰਹਿੰਦੇ ਠੇਕੇਦਾਰ ਜੀ ਉਹ ਸਾਈਡ ਦੇ ਲੱਗ ਜਾਂਦੇ ਉੱਧਰ ਕੰਮ ਚੱਲਦਾ ਨਾ ਦੇਖੋ ਜੀ ਤੁਸੀਂ ਪਤਾ ਉੱਦਣ ਆਏ ਅਸੀਂ ਤੁਹਾਡੀ ਰਿਸਪੈਕਟ ਕੀਤੀ ਸਾਨੂੰ ਐਵੇਂ ਸੀਗਾ ਵੀ ਤੁਸੀਂ ਉਹਦੇ ਨਾਲ ਰਹੋਗੇ ਠੀਕ ਹੈ ਦੇਖੋ ਜੀ ਪਹਿਲਾ ਨੰਬਰ ਤਾਂ ਸਾਨੂੰ ਜਿਹੜੇ ਬਈਏ ਨੇ ਉਹਨਾਂ ਦਾ ਵਿਸ਼ਵਾਸ ਹੈ ਨਹੀਂਗਾ ਠੀਕ ਹੈ ਅਤੇ ਦੂਸਰਾ ਨੰਬਰ ਸੋਚੋ ਇਹ ਪੁੱਛਣਾ ਚਾਹੁੰਦਾ ਜੀ ਮੈਂ ਜਦੋਂ ਪੰਜਾਬ ਦੇ ਵਿੱਚ ਮੁੰਡੇ ਕੰਮ ਕਰਨ ਵਾਲੇ ਹੈਗੇ ਨੇ ਤੁਸੀਂ ਇਹਨਾਂ ਨੂੰ ਕਿਉਂ ਰੱਖਦੇ ਹੋ ਜੀ ਤੁਹਾਨੂੰ ਕੀ ਪਤਾ ਵੀ ਕਿੱਥੋਂ ਆਏਗਾ ਹੈ ਇੱਥੇ ਹੁਣ ਇਹੋ ਜਿਹੀਆਂ ਹਰਕਤਾਂ ਕਰਦਾ ਜੀ ਇਹ ਚਲੋ ਪਹਿਲੇ ਦਿਨ ਮਿਠਾਈ ਦਾ ਡੱਬਾ ਲੈ ਕੇ ਆਇਆ ਅੱਛਾ ਮਿਠਾਈ ਲੈ ਹਾਂ ਜੀ ਹਾਂ ਸਾਨੂੰ ਮੇਰੀ ਮੈਡਮ ਨੇ ਕਿਹਾ ਕਹਿੰਦੇ ਜੀ ਇਹ ਮਿਠਾਈ ਦਾ ਡੱਬਾ ਲੈ ਕੇ ਆਏ ਸਾਨੂੰ ਕੀ ਪਤਾ ਸੀਗਾ ਜੀ ਅਸੀਂ ਚਲੋ ਸੋਚਿਆ ਵੀ ਉਹਨਾਂ ਨੇ ਭੇਜਣਾ ਸਰਦਾਰ ਸਾਹਿਬ ਨੇ ਹੈ ਨਾ ਅਸੀਂ ਨਹੀਂ ਭੇਜਿਆ ਚਲੋ ਜੀ ਸਾਨੂੰ ਤਾਂ ਸਾਨੂੰ ਕਿਹੜਾ ਪਤਾ ਸੀਗਾ ਫਿਰ ਜੀ ਉਸ ਤੋਂ ਬਾਅਦ ਇਹ ਲੈ ਕੇ ਆਉਂਦਾ ਕੇਲੇ ਅੱਛਾ ਕਦੇ ਮਠਿਆਈ ਕਦੇ ਕੇਲੇ ਲੈ ਕੇ ਆਉਂਦਾ ਹੈਗਾ ਇਹਨੇ ਹੱਦਾਂ ਪਾਰ ਕਰਤੀਆਂ ਜੀ ਮੇਰੀ ਮੈਡਮ ਵਾਸ਼ਰੂਮ ਦੇ ਵਿੱਚ ਸੀਗੀ ਇਹ ਨਾ ਉਹਨਾਂ ਦੇ ਪਿੱਛੇ ਹੀ ਉੱਥੇ ਗਿਆ ਕਹਿੰਦੇ ਵੀ ਤੁਹਾਡੇ ਵਾਸਤੇ ਖਾਣ ਵਾਸਤੇ ਪਕੌੜੇ ਲੈ ਕੇ ਆਇਆ ਅੱਛਾ ਪਿੱਛੇ ਵੱਗ ਗਿਆ ਪਿੱਛੇ ਵੱਗ ਗਿਆ ਜੀ ਜੇ ਤਾਂ ਦੇਖੋ ਹੁੰਦਾ ਮੈਂ ਘਰੇ ਫਿਰ ਤਾਂ ਤਿੰਨ ਪੰਜ ਹੋ ਜਾਂਦੀ ਉੱਥੇ ਚਲੋ ਅਸੀਂ ਤਾਂ ਦੇਖੋ ਜੀ ਮੁਲਾਜ਼ਮ ਬੰਦੇ ਹਾਂ ਅਸੀਂ ਵਾਧਾ ਨਹੀਂ ਵਧਾਉਣਾ ਚਾਹੁੰਦੇ ਤੁਹਾਡੇ ਵਿਸ਼ਵਾਸ 'ਤੇ ਅਸੀਂ ਉਹ ਰੱਖਿਆ ਹੁਣ ਤੁਸੀਂ ਇਹ ਦੱਸੋ ਜੀ ਵੀ ਤੁਹਾਡੀ ਇਤਲਾਹ ਮੈਂ ਥਾਣੇ 'ਚ ਦੇ ਕੇ ਆਵਾਂ ਚਲ ਮੈਂ ਕਰਦਾ ਹੋਣਾ ਗੱਲ ਕਿੱਥੇ ਗਿਆ ਹੁਣ ਸਾਲਾ ਕੰਮ 'ਤੇ ਗਿਆ ਹੋਣਾ ਜੀ ਉਹ ਸ਼ਾਮ ਨੂੰ ਕਰਦਾ ਉਹਨੂੰ ਫੋਨ ਦੇਖੋ ਸਰਦਾਰ ਜੀ ਮੇਰੀ ਸੁਣੋ ਗੱਲ ਦੇਖੋ ਜੇ ਤਾਂ ਆਪਾਂ ਵਾਧਾ ਵਧਾਉਣਾ ਦੇਖੋ ਫਿਰ ਤਾਂ ਅਸੀਂ ਕਰਪ ਦੇਣੀ ਹੈਗੀ ਉਹਦੀ ਛੁੱਟੀ ਕਰਦਾ ਇੱਥੋਂ ਮੁੜ ਕੇ ਆਪਾਂ ਭਈਆ ਰੱਖਦੇ ਨਹੀਂ ਹੈਗੇ ਦੇਖੋ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਿਹਾ ਇੱਕ ਪਹਿਲਾਂ ਗੱਲ ਕਹਿ ਕੇ ਹਟਿਆ ਜੀ ਵੀ ਭਾਈ ਪੰਜਾਬ ਦੇ ਵਿੱਚ ਮੁੰਡੇ ਹੈ ਨਹੀਂ ਕੰਮ ਕਰਨ ਵਾਲੇ ਤੁਸੀਂ ਨਾ ਚਾਰ ਰੁਪਈਆਂ ਦਾ ਲਾਲਚ ਖਾ ਜਾਂਦੇ ਹੋ ਵੀ ਉਹ ਪੈਸੇ ਉਹ ਘੱਟ ਲੈਂਦੇ ਨੇਗੇ ਉਹਦਾ ਲਾਲਚ ਤਾਂ ਕਰਨਾ ਹੀ ਪੈਂਦਾ ਹੈ ਰੱਬ ਨਾ ਕਰੀਏ ਇੱਥੇ ਕਿਸੇ ਨੂੰ ਉਹ ਮਾਰ ਕੇ ਵਗ ਜੇ ਫਿਰ ਜ਼ਿੰਮੇਵਾਰ ਤਾਂ ਤੁਸੀਂ ਹੋਏ ਕਈ ਵਾਰੀ ਨਾ ਬਚਾ ਕਰਦੇ ਕਰਦੇ ਆਪਾਂ ਬਹੁਤ ਵੱਡਾ ਆਪਦਾ ਨੁਕਸਾਨ ਕਰਾ ਪੈਂਦੇ ਹਾਂ ਇਹ ਤਾਂ ਗੱਲ ਮੰਨਦੇ ਹੋ ਇਹਦਾ ਮਾਸਟਰ ਜੀ ਤੁਸੀਂ ਸਾਡੇ ਕੰਨ ਖੁੱਲ੍ਹ ਚ ਅੱਗੇ ਵਾਸਤੇ ਜੀ ਦੇਖੋ ਜੀ ਆਪਾਂ ਕੁਛ ਗੱਲਾਂ ਕੌੜੀਆਂ ਕੀਤੀਆਂ ਸੀ ਪਹਿਲਾਂ ਉਹ ਤੁਹਾਨੂੰ ਮੈਂ ਰਿਵਾਈਜ਼ ਕਰਾਉਣਾ ਹੋਣਾ ਮੈਂ ਕਿਹਾ ਸੀਗਾ ਵੀ 6 ਮਹੀਨੇ ਦਾ ਕਿਰਾਇਆ ਐਡਵਾਂਸ ਲਵਾਂਗੇ ਉਹ ਅਸੀਂ ਲੈ ਲਿਆ ਸੀਗਾ ਤੁਹਾਡਾ ਆਈਡੈਂਟੀ ਪਰੂਫ ਸੀਗਾ ਉਹ ਲੈ ਲਿਆ ਸੀਗਾ ਠੀਕ ਹੈ ਜੀ ਤੁਹਾਡੇ ਇੱਥੇ ਅੱਜ 1 ਮਹੀਨਾ 8 ਦਿਨ ਹੋ ਗਏ ਠੀਕ ਹੈ ਨਾ ਜੀ ਦੇਖੋ ਜਿਹੜਾ ਪਿਛਲਾ ਕਿਰਾਇਆ ਸੀਗਾ ਅਸੀਂ ਨਹੀਂ ਇਹੋ ਜਿਹਾ ਕੰਮ ਕਰਦੇ ਜੀ ਸਾਨੂੰ ਪਰਮਾਤਮਾ ਵਧੀਆ ਦਿੱਤਾ ਹੈਗਾ ਤੁਹਾਡਾ ਜਿਹੜਾ ਕਿਰਾਇਆ ਰਹਿੰਦਾ ਹੈਗਾ ਅਸੀਂ ਉਹ ਮੋੜਾਂਗੇ ਠੀਕ ਹੈ ਜੀ ਅਤੇ ਅੱਗੇ ਵਾਸਤੇ ਨਾ ਇਹੋ ਜਿਹੇ ਬੰਦਿਆਂ ਤੋਂ ਰੱਖੋ ਪਰਹੇਜ਼ ਰੱਖੋ ਜੀ ਬਸ ਅੱਗੇ ਵਾਸਤੇ ਰੱਖ ਦਿੰਦੇ ਸਮਝ ਗਏ ਜੀ ਛੁੱਟੀ ਕਰ ਦਿੰਦੇ ਉਹਦੀ ਬਈਏ ਦੀ ਛੁੱਟੀ ਕਰ ਦਾਂਗੇ ਨਾਲੇ ਮਾਫੀ ਮੰਗਾਵਾਂਗੇ ਮੈਡਮ ਤੋਂ ਉਹਨੂੰ ਉਰੇ ਬੁਲਾ ਲੈਂਦੇ ਆਪਾਂ ਫੋਨ ਕਰਕੇ ਹਾਂ ਠੀਕ ਹੈ ਨਾ ਜੀ ਬੁਲਾ ਲੈਂਦੇ ਆ ਤੁਸੀਂ ਕਰੋ ਜੀ ਫੋਨ ਉਹਨੂੰ ਬੁਲਾਓ ਇੱਥੇ ਫੋਨ ਕਰਦਾ ਉਹਨੂੰ ਓਏ ਰਾਮੂ ਕਿੱਥੇ ਆ ਤੂੰ ਉਠਾ ਉਰੇ ਆ ਗਿਆ ਆਇਆ ਉਰੇ ਆ ਜਾ ਦੇਖੋ ਜੀ ਜਿਹੜੀ ਗੱਲ ਕਰਨੀ ਹੈ ਨਾ ਇੱਕ ਤਾਂ ਗੱਲ ਕਰੀਓ ਪਿਆਰ ਨਾਲ
उच्चा ना बोलियो, साडा जिहड़ा महल है जी सारा मुलाजमान है, ठीक है। अगला कह दिंदा है भी पता नहीं की गल होगी, देखो थोड़ी तो ये बेइज्जती है नहीं जी, बेइज्जती है साड़ी, समझ गए ना, कोई गल हाँ, असं समाज च रहना इतने जी भी गल करनी है ना वो प्यार ना करेगी, करना करना लो आ गया। मारो लत्ता जी, लत्ता मार के बंदे का पुत्त बन गल बहुत सुन लिया, माफी मांग मुझे मिस्त्री साहब जी मेरी गल सुनो, ठीक है। वैसे मैं सुन समझा वधिया लगता सरदार बंदे हो, तुसीं ना एक विश्वास है जिहड़ा वह देख के कह रहे करो, समझ गए मेरी गल, अगे तो ध्यान रखो जी, ये तो रबर करे भी चल घटना नहीं वापरी कोई, जे कोई अनहोनी हो जाती तो सारा जी गल से आती है, ठीक है जी। चल जाओ भगवान छेती लिया जी, की हाल चाल है जी, उम्मीद करता सारे ठीक ठाक हो गए, फिर देखो जारी वीडियो फिर कि लगी बहुत